ਖੰਨਾ ਸਿਵਲ ਹਸਪਤਾਲ ਦੇ ਡਾਕਟਰ ਦੀਆਂ ਲਾਪਰਵਾਹੀ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੁਝ ਦਿਨ ਪਹਿਲਾਂ ਹੀ ਇੱਕ ਡਾਕਟਰ ਦੀ ਲਾਪਰਵਾਹੀ ਨਾਲ 8 ਸਾਲਾਂ ਦੀ ਮਾਸੂਮ ਲੜਕੀ ਦੀ ਮੌਤ ਹੋ ਗਈ। ਤਾਂ ਬੀਤੀ ਰਾਤ ਇੱਕ ਹੋਰ ਡਾਕਟਰ ਅਤੇ ਸਟਾਫ ਦੀ ਲਾਪਰਵਾਹੀ ਨੇ ਡਿਲੀਵਰੀ ਮਗਰੋਂ ਔਰਤ ਦੀ ਜਾਨ ਲੈ ਲਈ। ਮ੍ਰਿਤਕ ਗੀਤਾ ਰਾਣੀ ਅੰਮ੍ਰਿਤਸਰ ਵਿਖੇ ਵਿਆਹੀ ਹੋਈ ਸੀ ਅਤੇ ਜਨੇ ਪਹਿਲੀ ਆਪਣੇ ਪੇਕੇ ਜਗਤ ਕਲੋਨੀ ਖੰਨਾ ਵਿਖੇ ਆਈ ਸੀ। ਆਪਰੇਸ਼ਨ ਮਗਰੋਂ ਯਾਨੀ ਡਾਕਟਰ ਆਪਣੇ ਘਰ ਚਲੀ ਗਈ ਅਤੇ ਪਿੱਛੋਂ ਸਟਾਫ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਗੀਤਾ ਦੀ ਹਾਲਤ ਖਰਾਬ ਹੋਣ ਤੇ ਵੀ ਡਾਕਟਰ ਨੇ ਆਮ ਤੋਂ ਮੁਨਾਸਿਬ ਨਹੀਂ ਸਮਝਿਆ ਅਤੇ ਫੋਨ ਤੇ ਹੀ ਸਟਾਫ ਨੂੰ ਦਵਾਈਆਂ ਲਿਖਾ ਦਿੱਤੀਆਂ। ਸਿੱਟੇ ਵਜੋਂ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਹਸਪਤਾਲ ਚ ਖੂਬ ਹੰਗਾਮਾ ਕੀਤਾ ਅਤੇ ਡਾਕਟਰ ਤੇ ਸਟਾਫ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਹੜਾ ਡਾਕਟਰ ਨੀਰੂ ਅਗਰਵਾਲ ਆ ਉਹਨਾਂ ਨੇ ਇਹ ਸੁਚੇਤਨ ਕੀਤੇ, ਜਿੱਦਾਂ ਮੈਨੂੰ ਦੱਸਿਆ 3 ਕੇਸ ਉਹਨਾਂ ਨੇ ਆਪਰੇਸ਼ਨ ਵਾਲੇ ਕੀਤੇ ਆ ਤੇ ਡਿਊਟੀ ਡਾਕਟਰ ਸਾਰਾ ਟਾਈਮ ਹੀ ਅਵੇਲੇਬਲ ਹੁੰਦੇ ਆ ਸਾਡੇ ਕੋਲ ਐਮਰਜੈਂਸੀ ਮੈਡੀਕਲ ਆਫੀਸਰਸ। ਜੇ ਇਨ ਕੇਸ ਕੋਈ ਪ੍ਰੋਬਲਮ ਹੁੰਦੀ ਹੈ ਨਾਰਮਲੀ ਸਟਾਫ ਔਨ ਡਿਊਟੀ ਕੀ ਕਹਿੰਦੇ ਜਿਹੜਾ ਹੈ ਐਮਰਜੈਂਸੀ ਮੈਡੀਕਲ ਆਫੀਸਰ ਨੂੰ ਕਾਲ ਕਰਦੇ ਆ ਤੇ ਉਹ ਅਸੈਸ ਕਰਕੇ ਤੇ ਦੱਸਦੇ ਆ ਕਿ ਵੀ ਕੀ ਕੰਡੀਸ਼ਨ ਹੈਗੀ ਆ। ਤੇ ਮੌਕੇ ਦੇ ਮੈਡੀਕਲ ਆਫੀਸਰਸ ਮੈਨੂੰ ਦੱਸਿਆ ਗਿਆ ਕਿ ਵੀ ਮੌਕੇ ਤੇ ਉੱਥੇ ਗਏ ਆ ਕੀ ਕਹਿੰਦੇ ਉਹਨੂੰ ਅਸੈਸ ਕਰਨ ਵਾਸਤੇ। ਤੇ 3 ਪੇਸ਼ੈਂਟ ਜਿਹੜੇ ਡਾਕਟਰ ਸਾਹਿਬ ਨੇ ਕੀਤੇ ਆ ਓਪਰੇਟ, ਉਹਨਾਂ ਚੋਂ 2 ਪੇਸ਼ੈਂਟਸ ਤਾਂ ਬਿਲਕੁਲ ਪਰਫੈਕਟਲੀ ਫਾਈਨ ਸੀਗੇ, 1 ਪੇਸ਼ੈਂਟ ਨੂੰ ਪ੍ਰੋਬਲਮ ਆਈ ਹੈ ਤੇ ਬਦਕਿਸਮਤੀ ਹੈ ਕਿ ਵੀ ਸਰਜਰੀ ਤੋਂ ਬਾਅਦ ਚੋਂ ਜੇ ਡੈਥ ਹੋਈ ਹੈ। ਤੇ ਜੇ ਉਹ ਗੱਲੀ ਬਾਰੇ ਗੱਲ ਕਰਦੇ ਆ ਤਾਂ ਵੀ ਕੈਨ ਲੁੱਕ ਇਨ ਟੂ ਦਾ ਮੈਟਰ, ਅਸੀਂ ਇਨਕੁਆਇਰੀ ਕੰਸਟੀਚਿਊਟ ਕਰਾ ਸਕਦੇ ਹਾਂ ਤੇ ਪਲੱਸ ਜਿਹੜਾ ਹੈਗਾ ਪੋਸਟਮਾਰਟਮ ਕਰਵਾ ਕੇ ਕਾਰਨ ਅਣਗਹਿਲੀ ਲੱਭ ਲਾਂਗੇ ਵੀ ਕੀ ਕਾਰਨ ਲੱਗਦਾ। ਖੰਨਾ ਤੋਂ ਚਰਨ ਸਿੰਘ ਭੱਟੀ, ਜੀਵੇ ਪੰਜਾਬ ਟੀਵੀ।